ਪਿਓ ਮਰੇ ਭੁੱਖਾ ਬਾਹਰ ਵੰਡਦੇ ਆ ਦਾਨ, ਏਦਾਂ ਨਹੀਂ ਉਹ ਕਦੇ ਖੁਸ਼ ਹੁੰਦਾ ਭਗਵਾਨ। ਸਤਿ ਸ਼੍ਰੀ ਅਕਾਲ ਜੀ, ਆਈ ਹੋਪ ਤੁਸੀਂ ਸਾਰੇ ਠੀਕ ਹੋਵੋਗੇ। ਸੋ ਵੀਡੀਓ ਲੈ ਕੇ ਆਇਆ ਹਾਂ ਜੀ, ਗੋਪੀ ਲੌਂਗੀਆ ਬਾਈ ਦਾ ਫਿਰ ਨਵਾਂ ਸੌਂਗ ਆ ਗਿਆ ਹੈ। ਕਹਿ ਲਈਏ ਕਿ ਜਦੋਂ ਬਾਈ ਛੱਡਣ ਦੇ ਸੌਂਗ ਆਵੇ ਤੇ ਸੌਂਗ ਤੇ ਸੌਂਗ ਛੱਡ ਦਿੰਦਾ ਹੈ, ਤੇ ਕਿਸੇ ਵੇਲੇ ਥੋੜਾ ਥੋੜਾ ਮਹੀਨੇ ਬਾਅਦ 2 ਮਹੀਨੇ ਬਾਅਦ ਗੈਪ ਵੀ ਪੈ ਜਾਂਦਾ ਹੈ। ਤੇ ਹੁਣੇ ਹਜੇ ਪਿੱਛੇ ਸੌਂਗ ਆ ਕੇ ਹਟਿਆ ਹੈ ਤੇ ਹੁਣ ਫਿਰ ਇੱਕ ਨਿਊ ਸੌਂਗ, ਅੱਗੇ ਵਾਰਨਿੰਗ ਟੂ ਪੰਜਾਬ ਆਇਆ ਸੀ ਤੇ ਹੁਣ ਆਇਆ ਹੈ 65-64, ਮਤਲਬ ਕਿ ਨੰਬਰ ਹੈ ਪਰ ਬਣਦੀ ਜੇ ਕਾਹਲੀ 'ਚ ਬੋਲੋਗੇ ਤੇ ਗਾਲ ਬਣਦੀ ਹੈ। ਆਓ ਚੈੱਕ ਕਰਦੇ ਕਿਵੇਂ ਦਾ ਸੌਂਗ ਹੋਣਾ ਕਰਦਾ ਹੈ, ਜੇ ਨੰਬਰ ਇਹੋ ਜਿਹਾ ਲਿਆ ਹੈ ਤੇ ਸੌਂਗ ਵੀ ਕੋਈ ਖਤਰਨਾਕ ਜਿਹਾ ਹੋਵੇਗਾ। ਆਓ ਚੈੱਕ ਕਰੀਏ ਲੌਂਗੀਆ। ਦੁਨੀਆ ਦਾ ਹਾਲ ਇੱਥੇ ਕੋਈ ਨਹੀਂ, ਉਹ ਯਾਰ ਜਿਹੜੇ ਰਿਸ਼ਤੇ ਨਿਭਾਉਂਦੇ ਉਹ ਵੀ ਮਤਬਲ ਨਾਲ, ਉੱਤੋਂ ਮੰਗਦੇ ਆ ਸੁੱਖਾਂ ਵਿੱਚੋਂ ਪਾਉਣਾ ਚਾਹੁੰਦੇ ਭੋਗ, ਇਹੀ ਜਗ ਦਾ ਰਿਵਾਜ ਇੱਥੇ ਕਿਸੇ ਦਾ ਨੀ ਦੋਸ਼, ਕੁੱਝ ਸਹਿਣਾ ਪੈਂਦਾ ਕੁੱਝ ਕਰਨਾ ਜੇ ਵੱਡਾ ਲੱਤਾਂ ਖਿੱਚੜੇ ਨੂੰ ਲੋਕ ਸੌਖਾ ਲੱਗਦਾ ਨੀ ਐਡਾ, ਕੱਲ ਗਿਰਗਟ ਕਰ ਗਿਆ ਖੁਦ ਕੁਛ ਯਾਰੋ ਕਹਿੰਦਾ, ਦੁਨੀਆਂ ਦੇ ਰੰਗਾਂ ਕੋਲੋਂ ਮੈਨੂੰ ਵੀ ਬਚਾ ਲਓ, ਇਹਨੇ ਦੇਖੇ ਨੀ ਮੈਂ ਰੰਗ ਜਿੰਨੇ ਦੁਨੀਆਂ ਦੇ ਕੋਲ, ਇੱਥੇ ਠੱਗ ਬੜੇ ਸਾਧ ਤੇ ਸਾਧ ਬੜੇ ਚੋਰ, ਗੱਲ ਵਫਾ ਦੀ ਜੇ ਕਰਾਂ ਪਹਿਲੇ ਨੰਬਰ ਤੇ ਕੁੱਤੇ ਹੁਣ ਰਿਹਾ ਦੀ ਯਕੀਨ, ਇਹਨਾਂ ਇਨਸਾਨਾਂ ਉੱਤੇ ਇਹੋ ਜਿਹਦੇ ਨਾਲ ਬੈਂਦੇ ਉਹਨੂੰ ਛੁਰਾ ਮਾਰਦੇ ਆ, ਠੱਗੀ ਚੋਰੀ ਕਰ ਕਰ ਜ਼ਿੰਦਗੀ ਗੁਜ਼ਾਰਦੇ ਆ, ਦੋ ਮੂੰਹੀ ਧਾਰ ਵਾਂਗੂ ਦੋਗਲੇ ਆ ਲੋਕ, ਕਿਸੇ ਦੀ ਖੁਸ਼ੀ ਨੂੰ ਇਹੋ ਮੰਨਦੇ ਆ ਸੋਟ, ਪੈਂਟ ਚੋਟ ਪੈਂਟ ਚੋਟ ਇਹ ਦੁਨੀਆ ਆ, ਪੈਂਟ ਚੋਟ ਪੈਂਟ ਚੋਟ ਇਹ ਦੁਨੀਆ ਆ, ਪੈਂਟ ਚੋਟ ਪੈਂਟ ਚੋਟ ਇਹ ਦੁਨੀਆ ਆ, ਪੈਂਟ ਚੋਟ ਪੈਂਟ ਚੋਟ ਪੈਂਟ ਚੋਟ, ਬਸ ਦੁਨੀਆ ਦਾ ਚੱਲੇ ਇਹੋ ਰੱਬ ਵਿੱਚ ਦੇਣ, ਰੱਬ ਦਾ ਬਣਾਇਆ ਹੋਇਆ ਸਭ ਵਿੱਚ ਦੇਣੇ, ਇਹ ਤਾਂ ਗੁਰੂ ਦੀਆਂ ਗੋਲਕਾਂ ਤੋਂ ਫੱਟ ਦੇ ਮਨਾਫਾ ਕਰੋ, ਭਰਿਆ ਬਣਾਇਆ ਇਹਨਾਂ ਨਾਮਿਆ ਖੁਦਾ ਦਾ ਘਰੇ ਪਿਓ ਮਰੇ ਭੁੱਖਾ ਬਾਹਰ ਵੰਡਦੇ ਆ ਦਾਨ, ਏਦਾਂ ਨਹੀਂ ਉਹ ਕਦੇ ਖੁਸ਼ ਹੁੰਦਾ ਭਗਵਾਨ, ਦਿਲ ਕਿਸੇ ਦਾ ਦੁਖਾ ਕੇ ਆਪ ਪਾਲਦੇ ਹੋ ਖੁਸ਼ੀ, ਇਹ ਦੁਨੀਆ ਆ ਭੜੀ ਕਦੇ ਕਿਸੇ ਲਈ ਨੀ ਰੁਕੀ, ਜਿਹੜੇ ਨਾਲ ਦੇ ਵੀ ਜੰਮੇ ਉਹ ਵੀ ਕਰਦੇ ਨੀ ਵਫਾ, ਪੈਸੇ ਪਿੱਛੇ ਭਾੜ ਜਾਂਦਾ ਭਾਈ ਕਹਿੰਦੇ ਸਕਾ, ਦੇਖੇ ਪੁੱਤ ਵੀ ਇੱਕ ਪੁੱਤ ਹੁੰਦੇ, ਮਾਂ ਨੀ ਕਮਾਂ ਹੁੰਦੀ ਬੇਬੇ ਜਦੋਂ ਬੁੱਢੀ ਹੁੰਦੀ, ਪੁੱਤਾ ਕਰੋ ਬਾਹਰ ਕੱਢੀ ਉਹ ਦੁਨੀਆ ਆ, ਬਲੱਡ ਦਾ ਵੀ ਕੰਮ ਇੱਥੇ ਕਰਦੇ ਆ ਲੋੜ ਤੇ, ਇਮਾਨਦਾਰੀ ਫਸੀ ਪਈ ਆ ਝੂਠ ਦੇ ਵਿਚਾਲੇ, ਸੱਚੇ ਆਸ਼ਕਾਂ ਦਾ ਪਿਆਰ ਹੁਣ ਰੱਬ ਦੇ ਸਹਾਰੇ, ਪੈਂਟ ਚੋਟ ਪੈਂਟ ਚੋਟ ਇਹ ਦੁਨੀਆ ਆ, ਪੈਂਟ ਚੋਟ ਪੈਂਟ ਚੋਟ ਇਹ ਦੁਨੀਆ ਆ, ਪੈਂਟ ਚੋਟ ਪੈਂਟ ਚੋਟ ਇਹ ਦੁਨੀਆ ਆ, ਪੈਂਟ ਚੋਟ ਪੈਂਟ ਚੋਟ ਪੈਂਟ ਚੋਟ, ਹੀਰਾ ਚੜ ਕੇ ਜਹਾਜ਼ ਯਾਰ ਉਹ ਤੁਰ ਗਈਆਂ ਬਾਹਰ, ਰੋਂਦੇ ਆਸ਼ਕ ਵਿਚਾਰੇ ਕੋਈ ਸੁਣੇ ਨਾ ਪੁਕਾਰ, ਉਹਦੇ ਜਾਣ ਪਿੱਛੋਂ ਆਸ਼ਕ ਨੇ ਖੁਦ ਕੁਛੀ ਕੀਤੀ, ਜਿਹਨੇ ਪੁੱਤੇ ਅੱਗ ਪਾਇਆ ਉਹਦੀ ਮਾਂ ਤੇ ਕੀ ਬੀਤੀ, ਨਾਲ ਨੈੱਟ ਪਰ ਲਾਲ ਵਾਂਗੂ ਮਰ ਗਈ ਆ ਠੱਗੀ, ਉਹ ਕਿਸੇ ਨੂੰ ਵੀ ਫੇਰ ਪੰਜਾਬ ਚ ਨੀ ਲੱਭੀ, ਮੁੰਡਾ ਦਿਲ ਦਾ ਸੀ ਚੰਗਾ ਉਹਨੇ ਰੀਝਾਂ ਨਾਲ ਪੜ੍ਹਾਈ, ਕਾਹਦੇ 7 ਬੈਂਡੇ ਆਏ ਕੁੜੀ ਨਜ਼ਰ ਨੀ ਆਈ, ਜਦੋਂ ਫਟ ਜਾਵੇ ਜੇ ਪੱਲਾ ਡਿੱਗਦੇ ਆ ਯਾਰ, ਫਿਰ ਰਿਸ਼ਤੇਦਾਰ ਡਿੱਗੇ ਬਾਅਦ ਚ ਪਾਣ, ਇਸ ਦੁਨੀਆਂ ਦੇ ਪੰਗੇ ਮੈਨੂੰ ਸਮਝ ਨੀ ਆਉਂਦੇ, ਇੱਥੇ ਮਤਬਲ ਲਈ ਲੋਕੀ ਰੱਬ ਨੂੰ ਤੇ ਆਉਂਦੇ, ਮਨ ਪੂਰੀ ਨਾ ਜੇ ਹੋਵੇ ਇਹੋ ਬਦਲ ਦਿੰਦੇ ਰੱਬ, ਬਦਲ ਦਿੰਦੇ ਧਰਮ ਇਹ ਦੀਨ ਤੇ ਮਜ਼ਹਬ, ਇਹੋ ਲੀਡਰ ਵੀ ਸਾਲੇ ਕਿਹੜੇ ਦੁੱਧ ਦੇ ਆ ਧੋਤੇ, ਜਦੋਂ ਵੋਟ ਲੈਣੀ ਹੁੰਦੀ ਉਦੋਂ ਹੋ ਜਾਂਦੇ ਕੋਡੇ, ਫਿਰ ਬਾਅਦ ਵਿੱਚ 5 ਸਾਲ ਨਜ਼ਰ ਨੀ ਆਉਂਦੇ, ਇਹੋ ਆਪਣੇ ਹੀ ਘਰ ਬਸ ਉੱਚੇ ਉੱਚੇ ਪਾਉਂਦੇ, ਪੈਂਟ ਚੋਟ
ਪੈਂਟ ਚੋਟ ਇਹ ਦੁਨੀਆ ਆ ਪੈਂਟ ਚੋਟ ਪੈਂਟ ਚੋਟ ਇਹ ਦੁਨੀਆ ਆ ਪੈਂਟ ਚੋਟ ਪੈਂਟ ਚੋਟ ਇਹ ਦੁਨੀਆ ਆ ਪੈਂਟ ਚੋਟ ਭੇਟ ਵਿੱਚ ਧੀਆਂ ਮਾਰ ਦਿੰਦੇ ਜਿਹੜਾ ਜੰਮਦੀ ਆ ਪੁੱਤ ਉਤੋਂ ਛਿੱਤਰੇ ਹੀ ਖਾਂਦੇ ਇਹੋ ਅਸਲੀ ਆ ਸੱਚ ਕਦੇ ਲੁਕਦਾ ਨੀ ਸੱਚ ਉਹ ਘਰ ਕਿੱਦਾਂ ਬਚੂ ਜਿਹਦੀ ਸੇਂਗ ਖਾ ਗਈ ਸ਼ਾ ਇੱਥੇ ਜੱਜ ਮੂਹਰੇ ਖੜਾ ਖੜਾ ਵਿਕਦਾ ਗਵਾ ਚਿੱਟਾ ਲੋਚ ਲੋਚ ਖਾਵੇ ਚੂੜੇ ਵਾਲੀਆਂ ਦਾ ਚਾ ਜਿਹੜੇ ਵੇਚਦੇ ਆ ਚਿੱਟਾ ਉਹ ਗਏ ਨਹੀਂ ਉਹ ਫੜੇ ਬਸ ਬੇਦੋਸ਼ਾ ਬੰਦਾ ਦਿੰਦੇ ਕੇਸ ਚ ਫਸਾ ਮੈਂ ਬੜਾ ਔਖਾ ਹੋ ਕੇ ਆਇਆ ਜਿੱਥੇ ਖੜਾਇਆ ਮੈਂ ਅੱਜ ਤਾਂ ਵੀ ਜਲਦੀ ਨੀ ਮੁੱਕੀ ਇਲਜ਼ਾਮ ਰਹਿਆ ਲੱਗ ਪੈਂਟ ਚੋਟ ਪੈਂਟ ਚੋਟ ਇਹ ਦੁਨੀਆ ਆ ਪੈਂਟ ਚੋਟ ਪੈਂਟ ਚੋਟ ਇਹ ਦੁਨੀਆ ਆ ਪੈਂਟ ਚੋਟ ਪੈਂਟ ਚੋਟ ਇਹ ਦੁਨੀਆ ਆ ਪੈਂਟ ਚੋਟ ਪੈਂਟ ਚੋਟ ਪੈਂਟ ਚੋਟ ਬਾਈ ਨੇ ਕਿਹੜੀ ਗੱਲ ਹੈ ਜਿਹੜੀ ਇਸ ਗਾਣੇ ਦੇ ਵਿੱਚ ਨਹੀਂ ਲਈ ਯਾਰ ਕਹਿ ਲਈਏ ਕਿ ਇਹੋ ਜਿਹੀ ਗਾਇਕੀ ਜਿਹੜੀ ਹੈ ਨਾ ਮੈਂ ਕਹਿਣ ਦਾ ਇੱਕੋ ਹੀ ਸਵਾਲ ਭਾਵ ਹੈ ਕਿ ਇਹੋ ਜਿਹੀ ਗਾਇਕੀ ਜਿਹੜੀ ਆ ਉਹ ਗੋਪੀ ਲੌਂਗੀ ਦੇ ਹਿੱਸੇ ਆਈ ਹੈ ਯਾਰ ਸਟਾਰਟਿੰਗ ਗੱਲ ਕੀਤੀ ਵਫਾਦਾਰੀ ਤੋਂ ਕਿ ਕੁੱਤਿਆਂ ਦੇ ਅੰਦਰ ਅੱਜ ਵਫਾਦਾਰੀ ਹੈ ਪਰ ਇਨਸਾਨਾਂ ਦੇ ਅੰਦਰ ਨਹੀਂ ਅੱਜ ਕਹਿ ਲਈਏ ਕਿ ਯਾਰ ਯਾਰ ਦੇ ਨਾਲ ਖਾਲ ਖੜਦੇ ਨੇ ਮਤਲਬ ਦੇ ਯਾਰ ਹੁੰਦੇ ਨੇ ਇੱਥੋਂ ਤੱਕ ਬਾਈ ਨੇ ਹਰ ਚੀਜ਼ ਦੀ ਗੱਲ ਕੀਤੀ ਪਹਿਲਾਂ ਮਾਂ ਪਿਓ ਦੀ ਗੱਲ ਕੀਤੀ ਕਿ ਬਾਹਰ ਤੁਸੀਂ ਸੇਵਾ ਕਰਦੇ ਹੋ ਜੇ ਘਰ ਨੂੰ ਮਾਂ ਪਿਓ ਨੂੰ ਉਹਨਾਂ ਪੁੱਛੋ ਕਹਿ ਲਈਏ ਅਤੇ ਉਸੇ ਨਾਲ ਹੀ ਇੱਕ ਟੋਪਿਕ ਹੋਰ ਜੋੜ ਦਿੱਤਾ ਕਿ ਉਹੀ ਮਾਂ ਕਿਸੇ ਟਾਈਮ ਪਹਿਲਾਂ ਧੀ ਜੰਮਣ ਤੋਂ ਡਰਦੀ ਸੀ ਭਰੂਣ ਹੱਤਿਆ ਕਰਦੀ ਸੀ ਅਤੇ ਜਦੋਂ ਉਹੀ ਪੁੱਤ ਜੰਮ ਲੈਂਦੀ ਹੈ ਤਾਂ ਉਹੀ ਪੁੱਤ ਫਿਰ ਮਾਂ ਨੂੰ ਬਾਹਰ ਕੱਢ ਦਿੰਦਾ ਹੈ ਦੁਨੀਆਂ ਦੇ ਅਸੂਲ ਦੇਖੋ ਮੈਂ ਇੱਥੇ ਇੱਕ ਗੱਲ ਤਾਂ ਜ਼ਰੂਰ ਕਹਿਣਾ ਚਾਹਾਂਗਾ ਕਿ ਜਿੰਨਾ ਮਾਂ ਪਿਓ ਦੇ ਨਾਲ ਧੀ ਕਰਦੀ ਹੈ ਉਨਾ ਪੁੱਤ ਨਹੀਂ ਕਰਦੇ ਕਿਉਂਕਿ ਧੀ ਸਭ ਤੋਂ ਵੱਧ ਆਪਣੇ ਮਾਪਿਆਂ ਦੇ ਨਾਲ ਕਰਦੀ ਹੈ ਇਸ ਕਰਕੇ ਧੀ ਜੰਮਣ ਤੋਂ ਕਦੀ ਗੁਰੇਜ਼ ਨਾ ਕਰਿਓ ਕਿਉਂਕਿ ਧੀ ਸਾਥ ਬਹੁਤ ਦਿੰਦੀ ਹੈ ਅਤੇ ਦੂਜੀ ਗੱਲ ਬਾਈ ਨੇ ਵੋਟਾਂ ਵਾਲਿਆਂ ਦੀ ਕੀਤੀ ਅਤੇ ਇੱਕ ਕਹਿ ਲਈਏ ਕਿ ਮਤਲਬ ਯਾਰਾਂ ਦੀ ਕੀਤੀ ਕੁੜੀ ਦੇ ਬਾਹਰ ਜਾ ਕੇ ਸੱਤ ਬਹਿਣ ਦੇ ਬਾਅਦ ਬਦਲ ਜਾਣਾ ਉਹਦੀ ਗੱਲ ਕੀਤੀ ਮਤਲਬ ਕਿ ਕਿਹੜਾ ਮੁੱਦਾ ਜਿਹੜਾ ਬਾਈ ਨੇ ਨਹੀਂ ਛੇੜਿਆ ਇੱਥੋਂ ਤੱਕ ਬਾਈ ਨੇ ਗੱਲ ਕੀਤੀ ਕਿ ਜੇ ਗੁਰੂ ਘਰਾਂ ਨੂੰ ਅਸੀਂ ਧਾਰਮਿਕ ਸਥਾਨਾਂ ਨੂੰ ਮੰਨਦੇ ਉਹ ਵੀ ਮਤਲਬ ਵਾਸਤੇ ਮਤਲਬ ਲੈਣ ਵਾਸਤੇ ਹੀ ਮੰਨਦੇ ਆ ਕੋਈ ਕੋਈ ਫਰਿਆਦ ਲੈ ਕੇ ਜਾਂਦਾ ਕੋਈ ਕੋਈ ਫਰਿਆਦ ਲੈ ਕੇ ਜਾਂਦਾ ਕਦੀ ਕੋਈ ਇਹ ਫਰਿਆਦ ਲੈ ਕੇ ਗਿਆ ਕਿ ਸਤਿਗੁਰੂ ਜੀ ਮੇਰੇ ਅੰਦਰ ਸਹਿਣਸ਼ੀਲਤਾ ਭਰਿਓ ਕਿਉਂਕਿ ਮੈਂ ਇੱਕ ਨਾ ਇੱਥੇ ਨਾ ਗੁਰਬਾਣੀ ਦੀ ਬੜੀ ਵਧੀਆ ਇੱਕ ਐਗਜ਼ੈਂਪਲ ਦੇਵਾਂਗਾ ਜਦੋਂ ਨਾ ਅਸੀਂ ਕੋਈ ਨਵੀਂ ਗੱਡੀ ਲੈਂਦੇ ਹਾਂ ਨਵੀਂ ਕਾਰ ਲੈਂਦੇ ਹਾਂ ਸਭ ਕੁਝ ਲੈਂਦੇ ਹਾਂ ਉਹਦੇ ਪਿੱਛੇ ਉਹਦੇ ਨਾ ਅੱਗੇ ਨਾ ਇੱਕ ਨਾ ਪੰਕਤੀ ਲਿਖਾਉਂਦੇ ਹਾਂ ਗੁਰਬਾਣੀ ਦੀ ਏ ਪੇ ਦਾਤ ਤੇਰੀ ਦਾਤਾਰ ਇਹ ਸਾਰਿਆਂ ਨੇ ਜ਼ਿਆਦਾਤਰ ਕਈਆਂ ਨੇ ਲਿਖਾਈ ਹੁੰਦੀ ਹੈ ਕਿ ਪਰਮਾਤਮਾ ਇਹ ਤੇਰੀ ਦਿੱਤੀ ਦਾਤਾਰ ਹੈ ਪਰ ਜੇ ਸੱਚ ਜਾਣਿਓ ਉਸ ਜਪਜੀ ਸਾਹਿਬ ਦੀ ਪੌੜੀ ਨੂੰ ਤੁਸੀਂ ਚੰਗੀ ਤਰ੍ਹਾਂ ਪੜ੍ਹ ਲਓਗੇ ਨਾ ਉਹ ਜਪਜੀ ਸਾਹਿਬ ਦੀ ਪੰਕਤੀ ਹੈ ਅਤੇ ਉਹਦੀ ਪਹਿਲੀ ਪੰਕਤੀ ਨੂੰ ਜਦੋਂ ਪੜ੍ਹੋਗੇ ਨਾ ਤਾਂ ਉੱਥੇ ਗੁਰੂ ਸਾਹਿਬ ਜੀ ਗੱਲ ਕਰਦੇ ਨੇ ਕੀਤਿਆਂ ਦੁੱਖ ਭੂਖ ਸਦ ਮਾਰ ਇਹ ਭੇ ਦਾਤ ਤੇਰੀ ਦਾਤਾਰ ਕਿ ਪਰਮਾਤਮਾ ਭਾਵੇਂ ਤੂੰ ਮੈਨੂੰ ਭੁੱਖੇ ਰੱਖ ਭਾਵੇਂ ਜਿਸ ਦੁੱਖ ਦੇ ਜਾਂ ਕਿਸੇ ਵੀ ਸਿਚੁਏਸ਼ਨ ਦੇ ਵਿੱਚ ਮੈਨੂੰ ਰੱਖਣਾ ਮੈਂ ਫਿਰ ਵੀ ਇਹ ਸਮਝਾਂਗਾ ਕਿ ਇਹ ਭੇ ਦਾਤ ਤੇਰੀ ਦਾਤਾਰ ਜਿਵੇਂ ਕਹਿ ਲਈ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਆਪਣੇ ਆਪ ਸਮਝਿਆ ਸੀ ਜਿਵੇਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਕੋਲੋਂ ਅਨੰਦਪੁਰ ਦਾ ਕੋਲਾ ਸੀ ਉੱਥੇ ਵੀ ਕਹਿੰਦੇ ਸੀ ਇਹ ਭੇ ਦਾਤ ਤੇਰੀ ਦਾਤਾਰ
ਤੇ ਮਾਛੀ ਵਾਲੇ ਦੇ ਜੰਗਲਾਂ ਦੇ ਵਿੱਚ ਨਾ ਪੈਰ ਦੇ ਵਿੱਚ ਜੋੜਾ, ਨਾ ਘੋੜਾ, ਨਾ ਸਿਰ ਤੇ ਤਾਜ, ਨਾ ਬਾਜ, ਤੇ ਉੱਥੇ ਵੀ ਕਹਿੰਦੇ ਨੇ ਇਹ ਪੇਦਾਤ ਤੇਰੀ ਦਾ ਤਾਰ। ਇਸ ਕਰਕੇ ਅਸੀਂ ਜਦੋਂ ਕੋਈ ਚੀਜ਼ ਮਿਲ ਜਾਂਦੀ ਉਹਨੂੰ ਤੇ ਕਹਿ ਦਿੰਦੇ ਇਹ ਪੇਦਾਤ ਤੇਰੀ ਦਾ ਤਾਰ, ਤੇ ਜਦੋਂ ਜੀਵਨ ਦੇ ਵਿੱਚ ਦੁੱਖ ਆਉਂਦਾ ਉਹਨੂੰ ਵੀ ਕਹੀ ਹਾਂ ਕਿ ਇਹ ਪੇਦਾਤ ਤੇਰੀ ਦਾ ਤਾਰ। ਇਹ ਚੀਜ਼ ਗੁਰਬਾਣੀ ਨੇ ਮਾਇੰਡ ਲਈ ਸਾਨੂੰ ਸਟਰੋਂਗ ਹੋਣ ਲਈ ਸਿਖਾਇਆ। ਕਦੀ ਗੁਰਦੁਆਰਿਆਂ ਦੇ ਵਿੱਚ ਇਹ ਅਰਦਾਸਾਂ ਕਰਵਾਓ ਕਿ ਸਤਿਗੁਰੂ ਜੀ ਇਹ ਨਾ ਕਿਹਾ ਕਰੋ, ਅਰਦਾਸਾਂ ਕਰਵਾਇਆ ਕਰੋ ਕਿ ਮੇਰੇ 'ਤੇ ਦੁੱਖ ਨਾ ਆਵੇ, ਇਹ ਕਿਹਾ ਕਰੋ ਕਿ ਸਤਿਗੁਰੂ ਜੀ ਜਿਹੜਾ ਦੁੱਖ ਆਇਆ ਹੈ ਉਹ ਮੈਨੂੰ ਇੰਨਾ ਸਟਰੋਂਗ ਬਣਾ ਦਿਉ ਕਿ ਮੈਨੂੰ ਉਸ ਦੁੱਖ ਦੇ ਨਾਲ ਡੀਲ ਕਰਨੀ ਆ ਜਾਵੇ, ਉਹ ਦੁੱਖ ਨਾਲ ਨਿਚੱਠਣਾ ਆ ਜਾਵੇ। ਕਿਉਂਕਿ ਸੁੱਖ ਦੁੱਖ ਦੋਹੇ ਦਰ ਕੱਪੜੇ ਪਹਿਰੇ ਜਾਏ ਮਨੁੱਖ, ਕਿ ਸੁੱਖ ਦੁੱਖ ਆਉਂਦੇ ਰਹਿੰਦੇ ਨੇ। ਅਤੇ ਇੱਕ ਬਾਈ ਨੇ ਬੜੀ ਵਧੀਆ ਇੱਕ ਹੋਰ ਗੱਲ ਕੀਤੀ ਹੈ ਕਿ ਕਈ ਜਿਹੜੇ ਨੇ ਮਾਂ ਪਿਓ ਨੂੰ ਕੁਝ ਸਮਝਦੇ ਨਹੀਂ ਅਤੇ ਬਾਹਰ ਜਾ ਕੇ ਕਹਿ ਲਈਏ ਸੇਵਾਵਾਂ ਕਰਦੇ ਫਿਰਦੇ ਨੇ, ਬਾਹਰ ਕਹਿ ਲਈਏ ਕਿ ਮਾਂ ਪਿਓ ਨੂੰ ਦੁੱਖ ਦੇ ਕੇ ਅਤੇ ਦੂਜਿਆਂ ਨੂੰ ਕਹਿ ਲਈਏ ਕਿ ਦਾਲਾਂ ਵੰਡਦੇ ਨੇ ਜਾਂ ਕੁਝ ਕਰਦੇ ਨੇ ਜਾਂ ਦਾਨ ਪੁੰਨ ਕਰਦੇ ਨੇ, ਇਹੋ ਜਿਹਾ ਦਾਨ ਪੁੰਨ ਕੀਤਾ ਹੋਇਆ ਕਿਤੇ ਵੀ ਤੁਹਾਡਾ ਸਫਲ ਨਹੀਂ ਜੇ ਤੁਸੀਂ ਮਾਂ ਪਿਓ ਨੂੰ ਖੁਸ਼ ਨਾ ਰੱਖ ਸਕੋ। ਜੇ ਮਾਂ ਪਿਓ ਨੂੰ ਕਹਿ ਲਈਏ ਤੁਸੀਂ ਖੁਸ਼ੀ ਨਾ ਦੇ ਸਕੇ ਨਾ ਤਾਂ ਕਿਤੇ ਵੀ ਕੀਤਾ ਹੋਇਆ ਦਾਨ ਪੁੰਨ ਸਭ ਵਿਅਰਥ ਹੈ, ਇਹ ਸਿਰਫ ਪਖੰਡ ਅਤੇ ਇੱਕ ਕਹਿ ਲਈਏ ਕਿ ਫੋਰਮੈਲਿਟੀਆਂ ਨੇ, ਇੱਕ ਦਲਾਸਾ ਜਿਹਾ ਦੇਣ ਵਾਲਾ ਆਪਣੇ ਆਪ ਨੂੰ। ਸੋ ਬੜੀ ਵਧੀਆ ਬਾਈ ਨੇ ਲੀਡਰਾਂ ਦੀ ਵੀ ਠੋਕ ਕੇ ਗੱਲ ਕੀਤੀ ਹੈ ਕਿ ਪੰਜ ਪਹਿਲਾਂ ਲੁੱਟ ਗੋਡੇ ਟੇਕ ਕੇ ਵੋਟਾਂ ਮੰਗਣ ਆਉਂਦੇ ਨੇ, ਬਾ 5 ਸਾਲ ਪਤਾ ਨਹੀਂ ਕਿੱਥੇ ਲੁੱਕ ਜਾਂਦੇ ਨੇ, ਕਿ ਝੁਰਦੇ ਦੇ ਵਿੱਚ ਦੇਖਦੇ ਨਹੀਂ। ਸੋ ਸੱਚੀ ਯਾਰ ਬਾਈ ਦੀ ਐਂਡਲੈਸ ਕਲਮ ਹੈ ਅਤੇ ਗਾਇਕੀ ਹੈ ਯਾਰ, ਸਵਾਦ ਆ ਜਾਂਦਾ ਜਦੋਂ ਬਾਈ ਦਾ ਸੌਂਗ ਸੁਣਦੇ ਹਾਂ ਅਤੇ ਯਾਰ ਬਾਈ ਦਾ ਰਿਐਕਸ਼ਨ ਕਰਨ ਦਾ ਆਟੋਮੈਟਿਕਲੀ ਅੰਦਰੋਂ ਦਿਲ ਕਰਦਾ। ਮੈਂ ਹੁਣ ਰਿਐਕਸ਼ਨ ਬਹੁਤ ਘਟਾ ਦਿੱਤੇ ਹੋਏ ਨੇ, ਬਹੁਤ ਘੱਟ ਕਰਦਾ ਰਿਐਕਸ਼ਨ, ਪਰ ਜਦੋਂ ਗੋਪੀ ਲੌਂਗੀਆ ਬਾਈ ਦਾ ਜਦ ਕੋਈ ਵਧੀਆ ਸੌਂਗ ਮੈਨੂੰ ਦੇਖਦਾ ਹੈ ਤਾਂ ਮੈਂ ਉੱਥੇ ਲਈ ਜੀ ਕਰਦਾ ਕਿ ਇਸ ਸੌਂਗ ਨੂੰ ਸਾਨੂੰ ਅੱਗੇ ਪ੍ਰਚਾਰਨਾ ਚਾਹੀਦਾ, ਦਿਖਾਉਣਾ ਚਾਹੀਦਾ ਹੈ, ਕਿਉਂਕਿ ਬਾਈ ਦਾ ਸੌਂਗ ਜ਼ਿਆਦਾਤਰ ਬੈਨ ਹੀ ਹੋ ਜਾਂਦੇ ਨੇ ਜਦੋਂ ਇਹੋ ਜਿਹੇ ਸੌਂਗ ਆਉਂਦੇ ਨੇ। ਸੋ ਦੱਸਣਾ ਕਿਵੇਂ ਦਾ ਸੌਂਗ ਲਗਾ ਦਿੱਤਾ ਹੋਇਆ, ਰਿਐਕਸ਼ਨ ਕਿਵੇਂ ਦਾ ਲੱਗਾ। ਸੋ ਅਗਲੀ ਵੀਡੀਓ ਲੈ ਕੇ ਬਹੁਤ ਜਲਦੀ ਮਿਲਦੀ ਹੈ। ਸਤਿ ਸ਼੍ਰੀ ਅਕਾਲ, ਬਾਏ ਬਾਏ।